नवजोत सिंह सिद्धू दे अस्तीफे नाल जुड़ी हुई इस वेले दी सब तो वड्डी खबर तुहानू दे दिए कि हुण हाईकमान ने सिद्धू नू लैके सख्त रुख अख्तियार कर लिया है। हाईकमान ने सिद्धू नू दो दिनां दा अल्टीमेटम टाइम दिता है। सूत्रां दे हवाले तो तुहाडे नाल वड्डी खबर सांझी कर रहे हां कि हाईकमान ने नवजोत सिंह सिद्धू नू दो दिनां दा टाइम दिता है कि दो दिनां दे विच सिद्धू अपना अस्तीफा वापस लवे, नहीं तां फिर हाईकमान कोई सख्त एक्शन लेगी। ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇੱਕ ਵਾਰ ਫਿਰ ਤੋਂ ਮੁੜ ਜਿਹੜਾ ਸੁਨੀਲ ਜਾਖੜ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਜਿਹੜਾ ਉਹ ਲਗਾਇਆ ਜਾ ਸਕਦਾ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਅਸਤੀਫਾ ਦੇ ਚੁੱਕੇ ਨੇ। ਤਾਂ ਸਿੱਧੂ ਦੇ ਅਸਤੀਫੇ ਤੋਂ ਹਾਈਕਮਾਨ ਵੀ ਖਫਾ ਨਜ਼ਰ ਆ ਰਹੀ ਹੈ। ਸਿੱਧੇ ਤੌਰ ਦੇ ਉੱਤੇ ਸਿੱਧੂ ਨੂੰ ਦੋ ਦਿਨ ਦਾ ਅਲਟੀਮੇਟਮ ਦੇ ਦਿੱਤਾ ਹੈ ਕਿ ਦੋ ਦਿਨਾਂ ਦੇ ਵਿਚਕਾਰ ਜੇਕਰ ਸਿੱਧੂ ਅਸਤੀਫਾ ਵਾਪਸ ਲੈਂਦੇ ਨੇ ਤਾਂ ਠੀਕ ਹੈ, ਨਹੀਂ ਤਾਂ ਫਿਰ ਹਾਈਕਮਾਨ ਸਖ਼ਤ ਰੁੱਖ ਅਖਤਿਆਰ ਕਰੇਗੀ। ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ, ਨਾਰਾਜ਼ਗੀ ਉਹਨਾਂ ਨੇ ਜ਼ਾਹਿਰ ਕੀਤੀ ਹੈ। ਬੀਤੇ ਦਿਨੀ ਵੀ ਇੱਕ ਵੀਡੀਓ ਸਾਂਝੀ ਕਰਕੇ ਆਪਣੀ ਨਾਰਾਜ਼ਗੀ ਜਿਹੜੀ ਸੀ ਖੁੱਲ੍ਹ ਕੇ ਰੱਖੀ ਸੀ ਕਿ ਕਿਉਂ ਸਿੱਧੂ ਨੇ ਅਸਤੀਫਾ ਦਿੱਤਾ ਹੈ। ਕਾਰਨ ਦੱਸੇ ਸਨ, ਨਵੀਆਂ ਨਿਯੁਕਤੀਆਂ ਹੋਈਆਂ ਨੇ, ਦਾਗੀ ਅਫਸਰਾਂ ਨੂੰ ਕੁਰਸੀਆਂ 'ਤੇ ਬਿਠਾਇਆ ਗਿਆ, ਜਿਸ ਦੇ ਕਾਰਨ ਸਿੱਧੂ ਖਫਾ ਸਨ ਕਿ ਮੁੜ ਤੋਂ ਫਿਰ ਉਹੀ ਕੁਝ ਦੁਹਰਾਇਆ ਗਿਆ ਜੋ ਪਹਿਲਾਂ ਸੀ, ਉਹ ਨਹੀਂ ਹੋਣਾ ਚਾਹੀਦਾ ਸੀ। ਇਸ ਕਰਕੇ ਸਿੱਧੂ ਨਾਰਾਜ਼ ਸਨ। ਉਹਨਾਂ ਦਾ ਕਹਿਣਾ ਹੈ ਕਿ ਉਹ ਅਜਿਹੇ ਦੇ ਵਿੱਚ ਕੰਮ ਨਹੀਂ ਕਰ ਸਕਦੇ, ਇਸੇ ਕਰਕੇ ਅਸਤੀਫਾ ਦੇਣਗੇ। ਪਰ ਉਹਨਾਂ ਦਾ ਕਹਿਣਾ ਸੀ ਕਿ ਹੱਕ ਸੱਚ ਦੇ ਲਈ ਮੈਂ ਹਮੇਸ਼ਾ ਲੜਾਂਗਾ, ਮੇਰੀ ਲੜਾਈ ਜੋ ਹੈ ਕਿਸੇ ਨਿੱਜੀ ਰੰਜਿਸ਼ ਦੀ ਨਹੀਂ ਹੈ ਬਲਕਿ ਮੁੱਦਿਆਂ ਦੀ ਲੜਾਈ ਹੈ। ਸਿੱਧੂ ਦੇ ਵੱਲੋਂ ਕੱਲ੍ਹ ਇੱਕ ਵੀਡੀਓ ਜਾਰੀ ਕਰਕੇ ਇਹ ਬਿਆਨ ਦਿੱਤਾ ਗਿਆ ਸੀ ਕਿ ਮੇਰੀ ਲੜਾਈ ਨਿੱਜੀ ਨਹੀਂ ਹੈ ਬਲਕਿ ਮੁੱਦਿਆਂ ਦੀ ਲੜਾਈ ਹੈ। ਤਾਂ ਕੱਲ੍ਹ ਸਿੱਧੂ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਲਗਾਤਾਰ ਸਿਆਸਤ ਦੇ ਵਿੱਚ ਫਿਰ ਤੋਂ ਭੁਚਾਲ ਆ ਜਾਂਦਾ ਹੈ। ਤਾਂ ਸੂਤਰਾਂ ਦੇ ਹਵਾਲੇ ਤੋਂ ਹੁਣ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਹਾਈਕਮਾਨ ਨੇ ਵੀ ਹੁਣ ਸਖ਼ਤ ਰੁੱਖ ਤਿਆਰ ਕਰ ਲਿਆ ਹੈ। ਸਿੱਧੂ ਦੇ ਖਿਲਾਫ ਹੁਣ ਹਾਈਕਮਾਨ ਨੇ ਦੋ ਦਿਨਾਂ ਦਾ ਅਲਟੀਮੇਟਮ ਦੇ ਦਿੱਤਾ ਹੈ ਕਿ ਦੋ ਦਿਨਾਂ ਦੇ ਵਿਚਕਾਰ ਜੇਕਰ ਸਿੱਧੂ ਅਸਤੀਫਾ ਵਾਪਸ ਲੈਂਦੇ ਨੇ ਤਾਂ ਠੀਕ ਹੈ, ਨਹੀਂ ਤਾਂ ਫਿਰ ਮੁੜ ਤੋਂ ਸੁਨੀਲ ਜਾਖੜ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਜਾ ਸਕਦਾ ਹੈ। ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨਾਲ ਜੁੜੀ ਹੋਈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਦਈਏ ਕਿ ਹੁਣ ਹਾਈਕਮਾਨ ਨੇ ਸਿੱਧੂ ਨੂੰ ਲੈ ਕੇ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ। ਹਾਈਕਮਾਨ ਨੇ ਸਿੱਧੂ ਨੂੰ ਦੋ ਦਿਨਾਂ ਦਾ ਅਲਟੀਮੇਟਮ ਟਾਈਮ ਦਿੱਤਾ ਹੈ। ਸੂਤਰਾਂ ਦੇ ਹਵਾਲੇ ਤੋਂ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਦੋ ਦਿਨਾਂ ਦਾ ਟਾਈਮ ਦਿੱਤਾ ਹੈ ਕਿ ਦੋ ਦਿਨਾਂ ਦੇ ਵਿੱਚ ਸਿੱਧੂ ਆਪਣਾ ਅਸਤੀਫਾ ਵਾਪਸ ਲਵੇ, ਨਹੀਂ ਤਾਂ ਫਿਰ ਹਾਈਕਮਾਨ ਕੋਈ ਸਖ਼ਤ ਐਕਸ਼ਨ ਲਏਗੀ। ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇੱਕ ਵਾਰ ਫਿਰ ਤੋਂ ਮੁੜ ਜਿਹੜਾ ਸੁਨੀਲ ਜਾਖੜ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਜਿਹੜਾ ਉਹ ਲਗਾਇਆ ਜਾ ਸਕਦਾ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਅਸਤੀਫਾ ਦੇ ਚੁੱਕੇ ਨੇ। ਤਾਂ ਸਿੱਧੂ ਦੇ ਅਸਤੀਫੇ ਤੋਂ ਹਾਈਕਮਾਨ ਵੀ ਖਫਾ ਨਜ਼ਰ ਆ ਰਹੀ ਹੈ। ਸਿੱਧੇ ਤੌਰ ਦੇ ਉੱਤੇ ਸਿੱਧੂ ਨੂੰ ਦੋ ਦਿਨ ਦਾ ਅਲਟੀਮੇਟਮ ਦੇ ਦਿੱਤਾ ਹੈ ਕਿ ਦੋ ਦਿਨਾਂ ਦੇ ਵਿਚਕਾਰ ਜੇਕਰ ਸਿੱਧੂ ਅਸਤੀਫਾ ਵਾਪਸ ਲੈਂਦੇ ਨੇ ਤਾਂ ਠੀਕ ਹੈ, ਨਹੀਂ ਤਾਂ ਫਿਰ ਹਾਈਕਮਾਨ ਸਖ਼ਤ ਰੁੱਖ ਅਖਤਿਆਰ ਕਰੇਗੀ। ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ, ਨਾਰਾਜ਼ਗੀ ਉਹਨਾਂ ਨੇ ਜ਼ਾਹਿਰ ਕੀਤੀ ਹੈ। ਬੀਤੇ ਦਿਨੀ ਵੀ ਇੱਕ ਵੀਡੀਓ ਸਾਂਝੀ ਕਰਕੇ ਆਪਣੀ ਨਾਰਾਜ਼ਗੀ ਜਿਹੜੀ ਸੀ ਖੁੱਲ੍ਹ ਕੇ ਰੱਖੀ ਸੀ ਕਿ ਕਿਉਂ ਸਿੱਧੂ ਨੇ ਅਸਤੀਫਾ ਦਿੱਤਾ ਹੈ। ਕਾਰਨ ਦੱਸੇ ਸਨ, ਨਵੀਆਂ ਨਿਯੁਕਤੀਆਂ ਹੋਈਆਂ ਨੇ, ਦਾਗੀ ਅਫਸਰਾਂ ਨੂੰ ਕੁਰਸੀਆਂ 'ਤੇ ਬਿਠਾਇਆ ਗਿਆ, ਜਿਸ ਦੇ ਕਾਰਨ ਸਿੱਧੂ ਖਫਾ ਸਨ ਕਿ ਮੁੜ ਤੋਂ ਫਿਰ ਉਹੀ ਕੁਝ ਦੁਹਰਾਇਆ ਗਿਆ ਜੋ ਪਹਿਲਾਂ ਸੀ,